ਜਲੰਧਰ ਜ਼ਿਮਨੀ ਚੋਣਾਂ ਹੋ ਹਟੀਆਂ ਨੇ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲੀ ਹੈ। ਹੁਣ ਸਵਾਲ ਇੱਥੇ ਖੜਾ ਹੋਣ ਲੱਗ ਗਿਆ ਕਿ ਮਹਿਜ਼ 40 ਦਿਨਾਂ ਦੇ ਵਿੱਚ ਹੀ ਚੰਨੀ ਫੈਕਟਰ ਨਿਟਾਲ ਹੋ ਗਿਆ, 40 ਦਿਨਾਂ ਦੇ ਵਿੱਚ ਹੀ ਚੰਨੀ ਦੀ ਫੂਕ ਨਿਕਲ ਗਈ, ਜਿਸ ਤੋਂ ਬਾਅਦ ਕਾਂਗਰਸ ਜਿੱਤੀ ਨਹੀਂ ਔਰ ਕਾਂਗਰਸ ਦੀ ਥਾਂ 'ਤੇ ਆਮ ਆਦਮੀ ਪਾਰਟੀ ਨੇ ਆਪਣਾ ਝੰਡਾ ਫਹਿਰਾ ਦਿੱਤਾ। ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਦੀ ਜਿੱਤ ਹੋਈ। ਬੜੇ ਸਵਾਲ ਖੜ੍ਹੇ ਹੋ ਰਹੇ ਨੇ, ਕਿਉਂਕਿ ਜਦੋਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਲੋਕ ਸਭਾ ਇਲੈਕਸ਼ਨ, ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਵੱਡਾ ਫਤਵਾ ਦਿੱਤਾ ਗਿਆ ਸੀ, ਚਮਕੌਰ ਸਾਹਿਬ ਜਿਨ੍ਹਾਂ ਦੀ ਕੌਂਸਟੀਟੂਐਂਸੀ ਹੈ ਉਹ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਆਏ ਸੀ, ਉਹਨਾਂ ਦੇ ਉੱਤੇ ਉਸ ਵੇਲੇ ਬੜੇ ਤੰਜ ਕੱਸੇ ਗਏ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਨੂੰ ਚਮਕੌਰ ਸਾਹਿਬ ਦੇ, ਜਿਨ੍ਹਾਂ ਦੇ ਆਪਣੇ ਹਲਕੇ ਦੇ ਲੋਕਾਂ ਨੇ ਨਹੀਂ ਉਹਨਾਂ ਨੂੰ ਜਿਤਾਇਆ, ਉਹ ਜਲੰਧਰ ਦੇ ਵਿੱਚ ਆ ਕੇ ਚੋਣ ਲੜਦੇ ਪਏ ਨੇ, ਤਾਂ ਕੀ ਜਲੰਧਰ ਦੇ ਲੋਕ ਉਹਨਾਂ ਨੂੰ ਜਿਤਾਉਣਗੇ? ਪਰ ਹੈਰਾਨੀ ਦੀ ਗੱਲ ਸੀ, ਜਲੰਧਰ ਦੇ ਲੋਕਾਂ ਨੇ ਬੜਾ ਵੱਡਾ ਫਤਵਾ ਚਰਨਜੀਤ ਸਿੰਘ ਚੰਨੀ ਦੇ ਨਾਂ ਦੇ ਉੱਤੇ ਦਿੱਤਾ, 1,00,000 ਤੋਂ ਜ਼ਿਆਦਾ ਵੋਟ ਦਾ ਮਾਰਜਨ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ, ਜਿਸ ਤੋਂ ਬਾਅਦ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ। ਪਰ ਉਹ ਚੰਨੀ ਫੈਕਟਰ ਲੱਗਦਾ ਹੈ 40 ਦਿਨਾਂ ਦੇ ਵਿੱਚ ਹੀ ਨਿਟਾਲ ਹੋ ਗਿਆ, ਉਹ ਚੰਨੀ ਫੈਕਟਰ 40 ਦਿਨਾਂ ਦੇ ਅੰਦਰ ਹੀ ਨਿਹੱਥਾ ਹੋ ਗਿਆ। ਕਾਂਗਰਸ ਪਾਰਟੀ ਇੱਕ ਵੱਡੀ ਜਿੱਤ ਤੋਂ ਬਾਅਦ, ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੱਡੀ ਜਿੱਤ ਤੋਂ ਬਾਅਦ ਜਲੰਧਰ ਦੇ ਅੰਦਰ, ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਬੜੀ ਬੁਰੀ ਤਰ੍ਹਾਂ ਹਾਰੀ, 3 ਸਥਾਨ ਦੇ ਉੱਤੇ ਕਾਂਗਰਸ ਆਈ ਹੈ ਔਰ ਬਹੁਤ ਹੀ ਬੁਰੀ ਹਾਰ ਜਿਹੜੀ ਕਾਂਗਰਸ ਦੀ ਆਈ ਹੈ। ਬਹੁਤ ਘੱਟ ਵੋਟਾਂ ਜਿਹੜੀਆਂ ਨੇ ਉਹ ਜਲੰਧਰ ਵੈਸਟ ਦੇ ਲੋਕਾਂ ਨੇ ਕਾਂਗਰਸ ਨੂੰ ਪਾਈਆਂ, ਜਿਸ ਤੋਂ ਬਾਅਦ ਸਵਾਲ ਇਹ ਖੜ੍ਹੇ ਹੋਣ ਲੱਗ ਗਏ ਕਿ ਇਸ ਤੋਂ ਜ਼ਿਆਦਾ ਵੋਟਾਂ, ਲਗਭਗ 40,000 ਦੇ ਕਰੀਬ ਵੋਟਾਂ ਤਾਂ ਜਲੰਧਰ ਵੈਸਟ ਤੋਂ ਲੋਕ ਸਭਾ ਚੋਣਾਂ ਵੇਲੇ ਪੈ ਗਈਆਂ ਸੀ, ਪਰ ਇਸ ਵਾਰ ਜਲੰਧਰ ਵੈਸਟ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਤਰਜੀਹ ਨਹੀਂ ਦਿੱਤੀ। ਜਲੰਧਰ ਵੈਸਟ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਨਹੀਂ ਦਿੱਤਾ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਕਿਤੇ ਨਾ ਕਿਤੇ ਜਲੰਧਰ ਵੈਸਟ ਦੇ ਵਿੱਚ ਜ਼ਿਮਨੀ ਚੋਣਾਂ ਦੌਰਾਨ ਕਮਜ਼ੋਰ ਹੋ ਗਈ। ਪਰ ਅਸਲ ਕਾਰਨ ਕੀ ਹੈ ਇਸ ਗੱਲ ਦਾ? ਜਿਵੇਂ ਕਿ ਪਹਿਲਾਂ ਵੀ ਤੁਹਾਡੇ ਤੱਕ ਗੱਲ ਪਹੁੰਚਾਈਏ ਕਿ ਜਲੰਧਰ ਵੈਸਟ ਜਿਹੜੇ ਲੋਕ ਨੇ, ਜਲੰਧਰ ਵੈਸਟ ਜਿਹੜਾ ਹਲਕਾ ਆ, ਉਹ ਲੋਕ ਜਾਣਦੇ ਨੇ ਕਿ ਕਿਸ ਨੂੰ ਜਿਤਾਉਣਾ ਹੈ, ਉਹ ਲੋਕ ਜਾਣਦੇ ਨੇ ਕਿ ਕੌਣ ਸਾਡੇ ਕੰਮ ਸਹੀ ਤਰ੍ਹਾਂ ਕਰ ਸਕਦਾ, ਔਰ ਸ਼ਾਇਦ ਇਸੇ ਵਾਸਤੇ ਉਹਨਾਂ ਨੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹਾਂ ਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਔਰ ਜੇ ਅਸੀਂ ਆਮ ਆਦਮੀ ਪਾਰਟੀ ਦੇ ਹੀ ਲੀਡਰ ਨੂੰ ਜਿਤਾਵਾਂਗੇ ਤਾਂ ਹੋ ਸਕਦਾ ਕਿ ਸ਼ਾਇਦ ਸਾਡਾ ਕੰਮ ਜਿਹੜਾ ਉਹ ਛੇਤੀ ਹੋ ਜਾਵੇ, ਹੋ ਸਕਦਾ ਕਿ ਅਸੀਂ ਆਪਣੇ ਕੰਮ ਕਰਾ ਸਕੀਏ, ਹੋ ਸਕਦਾ ਕਿ ਸਾਡੇ ਕੰਮ ਜਿਹੜੇ ਉਹ ਪੂਰੇ ਹੋ ਸਕਣ। ਪਰ ਇੱਥੇ ਸਵਾਲ ਖੜ੍ਹਦਾ ਕਿ ਪਹਿਲਾਂ ਵੀ ਤਾਂ ਜਿਹੜੇ MLA ਸੀ ਉਹ ਆਮ ਆਦਮੀ ਪਾਰਟੀ ਤੋਂ ਤਾਲੁਕ ਰੱਖਦੇ ਸੀ, ਉਦੋਂ ਕਿਉਂ ਲੋਕਾਂ ਦੇ ਕੰਮ ਫਿਰ ਨਹੀਂ ਹੋ ਸਕੇ? ਸੁਸ਼ੀਲ ਰਿੰਕੂ ਕਹਿੰਦੇ ਨੇ ਕਿ ਮੈਂ ਤਾਂ ਗੱਲ ਪਹੁੰਚਾਈ ਪਰ ਉੱਥੇ ਮੇਰੀ ਗੱਲ ਕੋਈ ਸੁਣਦਾ ਨਹੀਂ ਸੀ। ਇੱਥੋਂ ਤੱਕ ਗੱਲਾਂ ਹੋਈਆਂ ਕਿ ਜਲੰਧਰ ਵੈਸਟ ਦੇ ਲੋਕ ਪਰੇਸ਼ਾਨ ਨੇ ਨਸ਼ੇ ਤੋਂ, ਉਸ ਬਾਰੇ ਕੋਈ ਨਿਜਾਤ ਨਹੀਂ ਦਵਾ ਰਿਹਾ, ਪਰ ਹੁਣ ਦੁਬਾਰਾ ਆ ਕੇ ਜਲੰਧਰ ਵੈਸਟ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੀ ਫਤਵਾ ਦੇ ਦਿੱਤਾ, ਦੁਬਾਰਾ ਆਮ ਆਦਮੀ ਪਾਰਟੀ ਨੂੰ ਜਿਤਾ ਦਿੱਤਾ, ਚਰਨਜੀਤ ਸਿੰਘ ਚੰਨੀ ਨੂੰ ਖੁੰਝੇ ਕਰ ਦਿੱਤਾ, ਸੁਸ਼ੀਲ ਕੁਮਾਰ ਰਿੰਕੂ ਨੂੰ ਖੁੰਝੇਲ ਕਰ ਦਿੱਤਾ, ਔਰ ਵੱਡੀ ਗੱਲ ਇਹ ਕਿ ਇੱਕ ਇਹੋ ਜਿਹਾ ਮਾਰਜਨ ਪੇਸ਼ ਕੀਤਾ ਜਿਸ ਮਾਰਜਨ ਦੇ ਨੇੜੇ ਤੇੜੇ ਵੀ ਸੁਸ਼ੀਲ ਰਿੰਕੂ ਜਾਂ ਫਿਰ ਬੀਬੀ ਸੁਰਿੰਦਰ ਕੌਰ ਨਹੀਂ ਪਹੁੰਚ ਸਕੇ। ਹੁਣ ਗੱਲ ਇੱਥੇ ਹੈ ਕਿ ਆਮ ਆਦਮੀ ਪਾਰਟੀ ਉੱਤੇ ਕੀ ਜਲੰਧਰ ਵੈਸਟ ਦੇ ਲੋਕ ਇਤਬਾਰ ਕਰਦੇ ਨੇ, ਉਹਨਾਂ 'ਤੇ ਭਰੋਸਾ ਕਰਦੇ ਨੇ, ਜਾਂ ਫਿਰ ਅੰਦਰ ਖਾਤੇ ਕੁਝ ਹੋਰ ਹੋਇਆ, ਕਿਉਂਕਿ ਬੜੇ ਲੀਡਰ ਗੱਲਾਂ ਕਰ ਰਹੇ ਨੇ, ਬੜੇ ਲੀਡਰ ਆਪਣੀਆਂ ਟਿੱਪਣੀਆਂ ਕਰ ਰਹੇ ਨੇ ਕਿ ਇਹ ਐਡਾ ਵੱਡਾ ਮਾਰਜਨ ਹਾਸਿਲ ਹੋਣ ਦੇ ਪਿੱਛੇ ਸਿਰਫ ਇੱਕ ਕਾਰਨ ਹੈ, ਕਿਉਂਕਿ ਅੰਦਰ ਖਾਤੇ ਬਹੁਤ ਕੁਝ ਹੋਇਆ। ਸੁਸ਼ੀਲ ਰਿੰਕੂ ਨੇ ਤਾਂ ਵੱਡੇ ਪੱਧਰ ਦੇ ਉੱਤੇ ਕਹਿ ਦਿੱਤਾ ਸੀ ਕਿ ਸ਼ਰਾਬ ਵਿਕੀ ਹੈ, ਪੈਸਾ ਵਿਕਿਆ, ਸੂਟ ਦਿੱਤੇ ਗਏ ਨੇ ਔਰ ਬੂਥ ਕੈਪਚਰਿੰਗ ਹੋਈ ਹੈ। ਆਪਣੇ ਬਿਆਨਾਂ ਦੇ ਵਿੱਚ ਸੁਸ਼ੀਲ ਰਿੰਕੂ ਨੇ ਲਿਖਤੀ ਤੌਰ 'ਤੇ ਲਿਖਿਆ ਸੀਗਾ, ਪਰ ਸੱਚਾਈ ਇਸ ਦੇ ਵਿੱਚ ਕਿੰਨੀ ਹੈ? ਇੱਕ ਹਾਰਿਆ ਹੋਇਆ ਕੰਟੈਸਟੈਂਟ ਜਾਂ ਉਹ ਹਾਰੀ ਹੋਈ ਪਾਰਟੀ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਬਿਆਨ ਜਾਰੀ ਕਰ ਸਕਦੀ ਹੈ, ਕਿਉਂਕਿ ਅੰਤ ਦੇ ਵਿੱਚ ਆਪਣੀ ਸਾਖ ਵੀ ਕਿਤੇ ਨਾ ਕਿਤੇ ਬਚਾਉਣੀ ਹੁੰਦੀ ਹੈ। ਪਰ ਜਦੋਂ ਮਾਰਜਨ ਦੇਖਿਆ ਜਾਂਦਾ ਤਾਂ ਮਾਰਜਨ ਬੜਾ ਵੱਡਾ ਹੈ, ਔਰ ਜਦੋਂ ਉਸ ਮਾਰਜਨ ਨੂੰ ਕੰਪੇਅਰ ਕੀਤਾ ਜਾਂਦਾ ਆ ਲੋਕ ਸਭਾ ਇਲੈਕਸ਼ਨਸ ਦੇ ਨਾਲ, ਔਰ ਉਹ ਕਿਤੇ ਵੀ ਮੇਲ ਨਹੀਂ ਖਾਂਦਾ। ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕਾਂਗਰਸ ਨੂੰ ਐਡਾ ਵੱਡਾ ਮਾਰਜਨ ਮਿਲਿਆ, ਕਾਂਗਰਸ ਨੂੰ ਇੰਨੀਆਂ ਸਾਰੀਆਂ ਵੋਟਾਂ ਪਈਆਂ, ਔਰ ਹੁਣ ਵਿਧਾਨ ਸਭਾ ਜ਼ਿਮਨੀ ਚੋਣ ਜਿਹੜੀ ਜਲੰਧਰ ਵੈਸਟ ਦੀ ਹੈ ਉਸੇ ਹਲਕੇ ਤੋਂ
ਕਾਂਗਰਸ ਪਾਰਟੀ ਨੂੰ ਭੋਰਾ ਵੀ ਉੱਤੇ ਨਹੀਂ ਲਿਆਂਦਾ ਗਿਆ, ਕਾਂਗਰਸ ਪਾਰਟੀ ਤੀਜੇ ਨੰਬਰ 'ਤੇ ਰਹਿ ਗਈ ਔਰ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਗਿਆ। ਜ਼ਰੂਰ ਕਿਤੇ ਨਾ ਕਿਤੇ ਸਵਾਲ ਖੜ੍ਹਦੇ ਨੇ, ਪਰ ਇੱਥੇ ਇਹ ਜ਼ਰੂਰ ਕਲੀਅਰ ਹੈ ਕਿ ਚੰਨੀ ਫੈਕਟਰ ਕਿਤੇ ਨਾ ਕਿਤੇ ਜ਼ਰੂਰ ਨਾਕਾਮ ਰਿਹਾ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਆਪਣੇ ਵਿਚਾਰ ਕਮੈਂਟਸ ਦੱਸਣਾ ਨਾ ਭੁੱਲਣਾ। ਚਰਨਜੀਤ ਸਿੰਘ ਚੰਨੀ, ਉਹਨਾਂ ਦੀ MP-ship ਬਾਰੇ ਤੁਸੀਂ ਕੀ ਸੋਚਦੇ ਹੋ? ਔਰ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ ਜਿਵੇਂ ਕਿ MLA ਬਣ ਗਏ ਨੇ, ਗੱਲਾਂ ਚੱਲਦੀਆਂ ਪਈਆਂ ਕਿ ਹੁਣ ਉਹ ਮੰਤਰੀ ਵੀ ਬਣ ਜਾਣਗੇ, ਖੇਡ ਮੰਤਰੀ ਬਣਾਇਆ ਜਾ ਸਕਦਾ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ। ਔਰ ਤੱਕ ਲਈ ਬਣੇ ਰਹੋ One India Punjabi। ਸਬਸਕ੍ਰਾਈਬ ਟੂ One India Channel ਐਂਡ ਨੈਵਰ ਮਿਸ ਐਨ ਅਪਡੇਟ।